ਨਹੀਂ ਪ੍ਰੋਫੈਸਰ, ਸਗੋਂ ਯਕੀਨ ਦਿਆਨੀ ਕਰਨ ਅੱਲਾ ਕਰੇ ਇਹ ਸੱਚ ਹੋਵੇ। ਦੋਸਤੋ, ਸਾਡੀ ਰਿਹਾਇਸ਼ ਦੇਖਣ ਦੇ ਕਾਬਿਲ ਏ, ਜਿੱਥਾਂ ਜਾਨਵਰ ਵੀ ਨਹੀਂ ਰਹਿ ਸਕਦਾ, ਉੱਥਾਂ ਮੇਰੇ ਵੱਠੇ ਮਜ਼ਦੂਰ ਨੂੰ ਜ਼ਿੰਦਗੀ ਗੁਜ਼ਾਰਨ ਤੇ ਮਜਬੂਰ ਕੀਤਾ ਮੈਂ ਪਏ। ਹਕੂਮਤ ਪੰਜਾਬ ਜਨਾਬ ਗਵਰਨਰ ਸਾਹਿਬ ਨੇ 14/1/2016 ਨੂੰ ਇੱਕ ਆਰਡੀਨੈਂਸ ਜਾਰੀ ਕੀਤੇ ਜਿਹੜਾ ਚਾਈਲਡ ਲੇਬਰ ਦੇ ਖਿਲਾਫ ਆਈ। ਪਾਕਿਸਤਾਨ ਕਿਆ ਪੂਰੇ ਪੰਜਾਬ ਵਿੱਚ ਚਾਈਲਡ ਲੇਬਰ ਉਹ ਮੌਜੂਦ ਹੈ। ਉਹ ਤੋਂ ਇਲਾਵਾ ਉਹਦੇ 'ਚ ਉਹਨਾਂ ਸਾਡੇ ਗੰਢ ਪਿੱਛੋਂ ਇੱਕ ਸੁਰਾ ਖੋਤੇ ਜਿਹਦੇ 'ਚੋਂ ਲਿਖੇ ਭੱਠਾ ਮਾਲਕ ਔਰ ਭੱਠਾ ਮਜ਼ਦੂਰ ਆਪਸ ਵਿੱਚ ਐਗਰੀਮੈਂਟ ਕਰੇ ਸਨ। ਉਹ ਤੋਂ ਪਹਿਲੇ ਵਾਲਿਆਂ ਪੇਸ਼ ਕਿਆ ਮਾਫ਼ ਹੋ ਸਨ। ਭੱਠਾ ਮਾਲਕਾਨ ਦਾ ਜ਼ੁਲਮ ਦਾ ਸ਼ਿਕਾਰ ਮਜ਼ਦੂਰ ਇਹ ਦੇਖੋ, ਇਹਨਾਂ ਦੇ ਨਾਲ ਇਤਨਾ ਵੱਡਾ ਜ਼ੁਲਮ ਕੀਤਾ ਮੈਂ ਪਏ। ਜਿਹੜੀ ਪਹਿਲੀ ਪੇਸ਼ਗੀ ਆਈ 14/1/2016 ਤੋਂ ਪਹਿਲੇ ਵਾਲੀ, ਉਹ ਐਗਰੀਮੈਂਟ ਪਾਤੀ ਬਹਿੰਦੀ ਪਈ ਹੈ ਔਰ ਉਹ ਗੁਲਾਮੀ ਦੀ ਜ਼ਿੰਦਗੀ ਤੇ ਗੁਲਾਮੀ ਦੀ ਜ਼ਿੰਦਗੀ ਗੁਜ਼ਾਰਨ ਕਿਤੇ ਮਜਬੂਰ ਕੀਤਾ ਮੈਂ ਪਏ। ਸੀਨਾ ਜ਼ੋਰੀ ਦੇਖੋ ਭੱਠਾ ਮਾਲਕਾਂ ਦੀ ਤੇ ਗੁੰਡਾ ਕਰਦੀ ਦੇਖੋ, ਜਿਵੇਂ ਡਿਸਟ੍ਰਿਕਟ ਲੇਬਰ ਅਫੀਸਰ ਸਾਹਿਬ ਤੁਹਾਡੇ ਸਾਹਮਣੇ ਖੁਦ ਬਿਆਨ ਕਰ ਗਏ ਕਿ ਜਿਹੜਾ ਭੱਠਾ ਮਾਲਕਾਨ ਐਸੋਸੀਏਸ਼ਨ ਦਾ ਸਦਰ ਹੈ ਉਹ ਸਾਡੀ ਕੋਈ ਪਰਵਾਹ ਨਹੀਂ, ਉਹ ਈ ਟਾਈਮ ਡੀਜੀ ਖਾਂ ਗਿਆ ਬੈਠੇ, ਇਹ ਕੋਈ ਪਤਾ ਕੋ ਨਹੀਂ ਸਾਨੂੰ ਕਿਹੜੇ ਸਿਲਸਿਲੇ 'ਚ ਉੱਥਾ ਗਏ। ਤਾਂ ਦੋਸਤੋ, ਮੇਰੀ ਗੁਜ਼ਾਰਿਸ਼ ਹੈ ਸਭ ਤੋਂ ਪਹਿਲੇ ਕਿ ਇਹ ਧਰਨਾ ਜਿਹੜਾ ਹੈ ਇਹ ਕੋ ਕਾਇਮ ਰਹੋ, ਇਹ ਗੈਰ ਮੁਹੀਨਾ ਮੁਤਦ ਕੀਤੇ ਹੈ ਹੁਕਾਮ ਬਾਲਾ ਨਾਲ। ਮੇਰੀ ਇਸਤਦਾ ਹੈ ਕਿ ਉਹ ਆਵੇਨ ਸਾਡੇ ਇੱਥੇ ਮੁਤਾਲਬਾ ਸੁਣਨ ਔਰ ਸਾਡੇ ਮੌਕੇ ਦੇ ਉੱਤੇ ਮੁਤਾਲਬਾਤ ਹੱਲ ਕਰਨ। ਬਸੂਰਤ ਦੀਗਰ ਤਮਾਮ ਭੱਠਾ ਮਜ਼ਦੂਰ, ਇੱਕ ਡੀਰ ਆਉਣਾ ਪਿਆ, ਇੱਕ ਘੰਟਾ ਰਾਉਣਾ ਪਿਆ, ਇੱਕ ਮਹੀਨਾ ਰਾਉਣਾ ਪਿਆ ਔਰ ਇੱਕ ਸਾਲ ਰਾਉਣਾ ਪਿਆ। ਅਸਾਂ ਇੱਥੇ ਰਹਿ ਵੇ ਦੂਰ ਏਜਾਜ ਜਾਰੀ ਨਾ ਸੀ। ਤਮਾਮ ਭੱਠਾ ਮਜ਼ਦੂਰਾਂ ਕੋ ਬੜਾ ਇੱਕ ਦਫ਼ਾ ਮੈਂ ਗੁਜ਼ਾਰਿਸ਼ ਕਰਨਾ ਕਿ ਤਮਾਮ ਰੋਡ ਦੇ ਉੱਤੇ ਜਿਹੜੀ ਜਿਹੜੀ ਜਗ੍ਹਾ ਦੇ ਉੱਤੇ ਤੁਹਾਡੀ ਡਿਊਟੀ ਲਾਈ ਗਈ ਹੈ ਉੱਥੇ ਮੌਜੂਦ ਰਹੋ ਔਰ ਕੋਈ ਬਦ ਅਮਨੀ ਦਾ ਮੁਜ਼ਾਹਰਾ ਨਾ ਕਰੋ। ਤਾਰੀਖ ਗਵਾਹ ਹੈ ਕਿ ਅੱਜ ਤੱਕ ਮਜ਼ਦੂਰਾਂ ਨੇ ਕੋਈ ਦੰਗਾ ਫਸਾਦ ਨਹੀਂ ਕੀਤਾ, ਕੋਈ ਪੁਰ ਤਸ਼ੱਦਦ ਇਹਤਜਾਜ ਨਹੀਂ ਕੀਤਾ। ਉਹ ਆਪਣੇ ਇਹ ਰਿਕਾਰਡ ਨੂੰ ਬਰਕਰਾਰ ਰੱਖੋ ਔਰ ਪੁਰ ਅਮਨ ਤਰੀਕੇ ਨਾਲ ਆਪਣੇ ਆਪਣੇ ਮੋਰਚੇ 'ਤੇ ਬਹਿ ਕੇ ਧਰਨਾ ਦਿਓ। ਇਨਸ਼ਾ ਅੱਲਾ ਸਾਰੇ ਮੁਤਾਲਬਾਤ ਜਲਦ ਤੋਂ ਜਲਦ ਪੂਰੇ ਦਿਸਣ। ਇਹਦੇ ਨਾਲ ਹੀ ਮੈਂ ਜਨਾਬ ਇੱਥੇ ਸਾਰੇ ਮੌਜੂਦ ਆਏ ਹੋਏ ਸਮਾਜੀ ਲੀਡਰ ਜਨਾਬ ਸੈਯਦ ਨਯਰ ਅਬਾਸ ਸ਼ਾਹ ਨੂੰ ਵੈਲਕਮ ਆਦਾਂ ਔਰ ਸਪੀਕਰ ਉਹਨਾਂ ਦੇ ਹਵਾਲੇ ਕਰਨਾ ਔਰ ਆਪਣੇ ਖਿਆਲਾਂ ਦਾ ਇਜ਼ਹਾਰ ਕਰਨਾ।